ਕੇ ਪਾਪਾ ਬੰਦਾ ਸਿੰਘ ਬਹਾਦਰ ਔਰਤਾਂ ਦੀਆਂ ਇੱਛਤਾਂ ਲੁੱਟਣ ਵਾਲਾ ਤੇ ਮਜਲੂਮਾਂ ਦਾ ਖੂਨ ਚੂਸਣ ਵਾਲਾ ਇੱਕ ਰਾਖਸ਼ ਸੀ ਜਾਂ ਸਾਲਾਂ ਦੀ ਪੜਤਾਲ ਵਿੱਚ ਹੁਣ ਜਿਹੜਾ ਹੈ 2012 2018 ਨੂੰ ਆਹ ਤੁਸੀਂ ਦੇਖ ਸਕਦੇ ਜੇ ਆਹ ਚੇਅਰਮੈਨ ਪੰਜਾਬ ਵੱਲੋਂ ਆ ਜਿਹੜੀ ਰਿਪੋਰਟ ਕੀਤੀ ਗਈ ਆ ਮੋਹਾਲੀ ਪੰਜਾਬ ਬੋਰਡ ਦੇ ਵਾਸੀ ਬੈਠੇ ਆ ਜਿੱਥੇ ਬਲਦੇਵ ਸਿੰਘ ਸਿਰਸਾ ਵੱਲੋਂ ਪੱਕਾ ਧਾਰਨਾ ਜਿਹੜਾ ਲਾਇਆ ਗਿਆ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਿੱਖਿਆ ਬੋਰਡ ਵੱਲੋਂ ਕੁਝ ਬੁੱਕਾਂ ਪ੍ਰਕਾਸ਼ਿਤ ਕੀਤੀ ਗਈਆਂ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨੂੰ ਤੋਰ ਮੋੜੋ ਕੇ ਪੇਸ਼ ਕੀਤਾ ਗਿਆ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਜਾਣਕਾਰੀ ਲੈਣੇ ਆ ਅ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਿਰਸਾ ਜੀ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਜਿਹੜਾ ਬੁੱਕਾਂ ਦੇ ਵਿੱਚ ਇਤਿਹਾਸ ਤੋਰ ਮੋੜ ਮੋੜ ਕੇ ਪੇਸ਼ ਕੀਤਾ ਗਿਆ ਉਹਨਾਂ ਬਾਰੇ ਥੋੜਾ ਸਾਨੂੰ ਦੱਸੋ ਜੀ ਥੋੜਾ ਜਿਆ ਹੈ ਨਹੀਂ ਜੀ ਬਹੁਤ ਕੁਝ ਹਾਂਜੀ ਥੋੜੇ ਜਿਹਾ ਗੱਲ ਨਹੀਂ ਬਣਨੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਇਹ ਆ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਹੁਣ ਤੱਕ ਚੈਨਲ ਇੱਥੇ ਆਏ ਨੇ ਕਾਫੀ ਆਏ ਨੇ ਇਹ ਨਹੀਂ ਵੀ ਨਹੀਂ ਆਏ ਜੇ ਮੈਂ ਕਹਤੇ ਵੀ ਕੋਈ ਆਇਆ ਹੀ ਨਹੀਂ ਤੇ ਫਿਰ ਉਹ ਨਰਾਜ਼ ਹੋਣਗੇ ਬਹੁਤ ਆਏ ਨੇ ਪਰ ਤੁਸੀਂ ਇਲੈਕਸ਼ਨਾਂ ਚ ਰੁੱਝੇ ਹੋਏ ਸੀ ਅੱਜ ਆਇਓ ਤੁਹਾਨੂੰ ਜੀ ਆਇਆਂ ਧੰਨਵਾਦ ਵਾਹੀ ਅਗਲੀ ਗੱਲ ਜਿਹੜੀਆਂ ਕਿਤਾਬਾਂ ਨੇ ਇਹਨਾਂ ਦੇ ਬਾਰੇ ਮੈਂ ਸ਼ੁਰੂਆਤ ਇੱਥੋਂ ਕਰਾਂਗਾ ਪੰਜਾਬ ਵਸ ਦਾ ਗੁਰਾਂ ਦੇ ਨਾਮ ਤੇ ਅਫਸੋਸ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਨ੍ਹਾਂ ਨੇ ਬੱਚਿਆਂ ਨੂੰ ਸਾਡਾ ਇਤਿਹਾਸ ਪੜ੍ਹਾਉਣਾ ਸੀ ਸਾਡਾ ਵਿਰਸਾ ਦਰਸਾਉਣਾ ਸੀ ਉਹ ਅੱਜ ਇੰਨੇ ਗਿਰ ਗਏ ਨੇ ਉਹਨਾਂ ਨੇ ਕੀ ਕੀ ਕਰਤੂਤਾਂ ਕੀਤੀਆਂ ਨੇ ਉਹ ਦੱਸਣੀ ਚਾਹਣਾ ਇੱਕ ਤਿੰਨ ਇੱਕ ਤਿੰਨ 2008 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆ ਇੱਕ ਪ੍ਰੋਫੈਸਰ ਮਨਜੀਤ ਸਿੰਘ ਹੈ ਛੋਡੀ ਜਲੰਧਰ ਦਾ ਰਹਿਣ ਵਾਲਾ ਉਹਨੇ ਆ ਹਿਸਟਰੀ ਆਫ ਪੰਜਾਬ ਦੀ ਇੱਕ ਕਿਤਾਬ ਲਿਖੀ ਆ ਪਲੱਸ 2 ਦੇ ਬੱਚਿਆਂ ਲਈ ਇਹ ਚੋ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਵੀ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਇਹ ਨਹੀਂ ਕਿ ਮੈਂ ਇਹ ਗੱਲ ਕਹਿ ਕੇ ਤੇ ਹਿੰਦੂ ਧਰਮ ਦੇਤੇ ਕੋਈ ਅਟੈਕ ਕਰ ਰਿਹਾ ਨਹੀਂ ਮੈਂ ਸਿਰਫ ਇੱਕ ਸਿੱਖ ਹੋਣ ਦੇ ਨਾਤੇ ਸਾਡਾ ਜੋ ਗੁਰੂ ਸਾਹਿਬਾਨ ਦਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਬਾਰੇ ਜੇ ਕੋਈ ਇਹ ਗਲਤ ਗੱਲ ਲਿਖੇ ਉਹ ਬਰਦਾਸ਼ਤ ਨਹੀਂ ਕਰ ਸਕਦਾ ਉਹਨਾਂ ਨੇ ਸਿੱਖ ਧਰਮ ਨੂੰ ਮੁੱਦੋਂ ਰੱਦ ਕੀਤਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਨ ਉਹ ਜਦੋਂ ਬੰਗਾਲ ਤੋਂ ਪੰਜਾਬ ਆਏ ਵਾਪਸ ਤੇ ਉਸ ਟਾਈਮ ਤੇ ਉਹ ਵਿਦਰੋਹੀ ਹੋ ਗਿਆ ਉਹਨਾਂ ਨੇ ਪੰਜਾਬ ਅਤੇ ਸਤਲੁਜ ਤੇ ਹਾਂਸੀ ਦੇ ਇਲਾਕੇ ਦੇ ਵਿੱਚ ਇੱਕ ਗਦਰ ਮਚਾ ਦਿੱਤਾ ਚੋਰੀਆਂ ਡਕੈਤੀਆਂ ਕਤਲੋਗਾਰਤ ਕਰਨੇ ਸ਼ੁਰੂ ਕਰ ਦਿੱਤੇ ਉਸ ਵਕਤ ਦੀ ਸਰਕਾਰ ਨੇ ਉਹਨਾਂ ਨੂੰ ਫੜ ਕੇ ਤੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਤੇ ਫਿਰ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਤੇ ਗਵਾਲੀਅਰ ਦੇ ਕਿਲੇ ਦੇ ਚੌਂ ਦਰਵਾਜਿਆਂ 'ਤੇ ਟੰਗੇ ਗਏ ਹਾਂਜੀ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਤੇ ਮਜਲੂਮਾਂ ਦਾ ਖੂਨ ਚੂਸਣ ਵਾਲਾ ਇੱਕ ਰਾਖਸ਼ ਸੀ ਇਹ ਕਿਤਾਬ ਪ੍ਰਕਾਸ਼ਿਓ ਬਾਦਲ ਮੁੱਖ ਮੰਤਰੀ ਆ ਡਾਕਟਰ ਦਲਜੀਤ ਸਿੰਘ ਚੀਮਾ ਬੜਾ ਵਿਦਵਾਨ ਬੰਦਾ ਤੇ ਪੰਥ ਦਾ ਠੇਕੇਦਾਰ ਬੰਦਾ ਇਹਨਾਂ ਲੋਕਾਂ ਦੇ ਇਹਦੇ ਸਿੱਖਿਆ ਮੰਤਰੀ ਹੁੰਦਿਆ ਇਹ ਕਿਤਾਬ ਜਿਹੜੀ ਆ ਪਬਲਿਸ਼ ਕਰਨ ਦੀ ਪ੍ਰਕਾਸ਼ਿਤ ਹੋਈ ਹੈ ਜੀ ਪ੍ਰਕਾਸ਼ਿਤ ਹੋਈ ਆ ਪ੍ਰਵਾਨਗੀ ਦਿੱਤੀ ਗਈ ਆ ਤੇ ਬਾਬਾ ਜੀ ਗੱਲ ਕਰ ਲੈ ਉਸ ਟਾਈਮ ਨੇ ਤੁਸੀਂ ਇਸ ਬੁੱਕ ਬਾਰੇ ਕੋਈ ਐਕਸ਼ਨ ਚੱਕਿਆ ਜੀ ਤੇ ਮੈਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇੱਥੇ ਕਾਰਵਾਈ ਕਰਦਾ ਆ ਰਹੇ ਹਾਂ ਲੇਕਿਨ ਅਫਸੋਸ ਹੈ ਕਿ ਅੱਜ ਤੱਕ 5 ਸਾਲ ਹੋ ਗਏ ਨੇ ਪੜਤਾਲ ਚੱਲਦੀ ਨੂੰ ਤੇ 5 ਸਾਲਾਂ ਦੀ ਪੜਤਾਲ ਵਿੱਚ ਹੋਣ ਜਿਹੜਾ ਹੈ 2012 2018 ਨੂੰ ਆ ਤੁਸੀਂ ਵੇਖ ਸਕਦੇ ਜੇ ਆ ਚੇਅਰਮੈਨ ਪੰਜਾਬ ਵੱਲੋਂ ਆ ਜਿਹੜੀ ਰਿਪੋਰਟ ਕੀਤੀ ਗਈ ਆ ਤੇ ਇਹਦੀ ਪੜਤਾਲ ਕਰਕੇ ਇਹਦੀ ਮੈਨੂੰ ਜਿਹੜੀ ਕਾਪੀ ਮਿਲੀ ਆ ਇਹ ਪੜਤਾਲ ਮੁਕੰਮਲ ਹੋਈ ਆ ਆਕੇ ਦਸੰਬਰ 2000 21 ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਇਹ ਮਿਲਦੀ ਆ ਇਹਦੇ ਵਿੱਚ ਜਿਹੜਾ 45 ਅਫਸਰ ਹੈ ਉਹ ਇੱਚ ਕੋਈ 16 17 ਆਦਮੀ ਜਿਹੜੇ ਨੇ ਉਹਨਾਂ ਨੂੰ ਕਸੂਰਵਾਰ ਠਹਿਰਾਉਂਦਾ ਪਰ ਅੱਜ ਤੱਕ ਕਿਸੇ ਦੇ ਖਿਲਾਫ ਜਿਹੜੀ ਆ ਉਹ ਕੋਈ ਕਾਰਵਾਈ ਨਹੀਂ ਹੋਈ ਇਕ ਕਿਸੇ ਹੋਰ ਅਧਿਕਾਰੀ ਨਾਲ ਗੱਲਬਾਤ ਨਹੀਂ ਆਪਣੀ ਹੁਣ ਤੱਕ ਕੋਈ ਹੈਗੀ ਇਹ ਪੱਕਾ ਧਰਨਾ ਲਗਿਆ ਹੋਆ ਆਪਣਾ ਜੀ ਕਿਸੇ ਅਧਿਕਾਰੀ ਨਾਲ ਨਹੀਂ ਸਬੰਧਤ ਅਧਿਕਾਰੀਆਂ ਨਾਲ ਹੋਈ ਆ 7 ਫਰਵਰੀ ਨੂੰ ਜਿੱਦ ਨਹੀਂ ਧਰਨਾ ਲਾਉਣੇ ਆ ਪਹਿਲੀ ਗੱਲ ਤੇ ਆ ਵੀ 5 ਸਾਲ ਮੈਂ ਲਗਾਤਾਰ ਇੱਥੇ ਗੇੜੇ ਮਾਰਦਾ ਰਿਆਂ ਲਿਖਤੀ ਪ੍ਰਤੀ ਕਾਰਵਾਈਆਂ ਹੋਈਆਂ ਸਭ ਕੁਝ ਹੋਇਆ ਔਰ 7 ਫਰਵਰੀ 2022 ਨੂੰ ਅੱਜ 15 ਦਿਨ ਹੋ ਗਏ ਨੇ ਅਸੀਂ ਇੱਥੇ ਧਰਨੇ ਤੇ ਬੈਠੇ ਆ ਤੇ ਉਦੋਂ ਹੀ ਸਾਡੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇੱਕ ਗੱਲ ਸਾਨੂੰ ਹੋਰ ਕਹੀ ਕਿ ਅਸੀਂ ਇੱਕ ਕਿਤਾਬ ਇਹ ਇੱਕ ਨਹੀਂ ਗਈ ਇਹ ਕਿਤਾਬਾਂ ਜਿਹੜੀਆਂ ਨੇ 5 ਰਾਈਟਰ ਨੇ ਵੱਖਰੇ ਵੱਖਰੇ ਔਰ ਚਾਰ ਪੰਜਾਬੀ ਦੇ ਆ ਤੇ ਇੱਕ ਹਿੰਦੀ ਦਾ ਔਰ ਇਹ ਸਾਰਿਆਂ ਦੇ ਵਿੱਚ ਹੀ ਲਗਾਤਾਰ ਸ਼ਬਦ ਆ ਰਿਹਾ ਤੇ ਉਹ ਕਹਿੰਦੇ ਸੀ ਕਿ ਇੱਕ ਐਮਐਸ ਮਾਨ ਆ ਉਹਦੀ ਕਹਿੰਦੇ ਸੀ ਕਿ ਸਾਡੇ ਕੋਲੇ ਅਸੀਂ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ ਇਹਨਾਂ ਨੇ ਪ੍ਰੈਸ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਅਸੀਂ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ ਲੇਕਿਨ ਆ ਪ੍ਰਵਾਨਗੀ ਦੇ ਜਿਹੜੇ ਲੈਟਰ ਨੇ 9 ਸਾਲ ਲਗਾਤਾਰ ਇਹਨਾਂ ਦੀ ਪ੍ਰਵਾਨਗੀ ਦੇ ਤਹਿਤ ਹੀ ਇਹ ਕਿਤਾਬਾਂ ਪਬਲਿਸ਼ ਹੁੰਦੀਆਂ ਰਹੀਆਂ ਨੇ ਜਿਹੜਾ ਕਿ ਮੁੱਕਰ ਗਿਆ ਸੀ ਆ ਉਹ ਪੱਤਰ ਨੇ 2017 ਦਾ 2017 ਤੋਂ 2009 ਤੋਂ ਲੈ ਕੇ 17 ਤੱਕ ਇਹ ਲੈਟਰ ਨੇ ਤੇ ਕਿਤਾਬਾਂ ਅੱਜ ਵੀ ਪਬਲਿਸ਼ ਹੋ ਰਹੀਆਂ ਨੇ ਮੈਂ ਮੈਂ ਲੇਖਕਾਂ ਕੋਲ ਕਿਉਂ ਜਾਵਾਂ ਮੈਂ ਸਿੰਘ ਛੱਡ ਕੇ ਤੇ ਪੂਛ ਦੇ ਵਾਲ ਕਿਉਂ ਫੜਾਂ ਜਾ ਕੇ ਉਹ ਕਹੂਗਾ ਜੀ ਆਹ ਵੇਖੋ ਅਸੀਂ ਆਹ ਉਹ ਲੈਟਰ ਵਿਖਾਊਗਾ ਮੈਨੂੰ ਵੀ ਆਹ ਲੈਟਰ ਨੇ ਐਸ ਲੈਟਰ ਦੇ ਰਾਹੀਂ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਵਾਨਗੀ ਲਈ ਆ ਉਹਨਾਂ ਨਾਲ ਗੱਲ ਕਰੋ ਜਾ ਕੇ ਕੀ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਜਦੋਂ ਪ੍ਰਵਾਨਗੀ ਦਿੰਦੇ ਨੇ ਇਹਦੇ ਵਿੱਚ ਸਿੱਖਿਆ ਬੋਰਡ ਦੇ ਵਿੱਚ ਜਿਹੜਾ ਉੱਥੇ ਬੜੇ-ਬੜੇ ਵਿਦਵਾਨ ਸਕਾਲਰ ਨੇ ਇਹਨਾਂ ਨੇ ਰੱਖੇ ਹੁੰਦੇ ਨੇ ਤੇ ਉਹ ਸਟੋਰੀਆਂ ਜਿਹੜੇ ਨੇ ਉਹ ਇਹਨਾਂ ਨੂੰ ਪੜ ਕੇ ਤੇ ਫੇਰ ਪ੍ਰਵਾਨਗੀ ਦਿੰਦੇ ਆ ਤੇ ਮੈਂ ਉੱਥੇ ਜਾਵਾਂ ਉੱਥੇ ਤੂ ਤੂ ਮੈਂ ਮੈਂ ਹੋ ਜੇ ਹੱਥੋਂ ਪਾਈ ਹੋ ਜੀਏ ਮੇਰੇ ਤੇ ਪਰਚਾ ਹੋਵੇ ਤੇ ਮੈਂ ਜਾਵਾਂ ਜੇਲ੍ਹ 'ਚ ਤੇ ਉਹ ਕਹੂਗਾ ਪਈ ਉਹ ਪੁਲਿਸ ਨੂੰ ਕਹੂਗਾ ਜੀ ਆਹ ਵੇਖੋ ਮੈਂ ਪ੍ਰਵਾਨਗੀ ਲੈ ਕੇ ਕਿਤਾਬ ਪਬਲਿਸ਼ ਕਰਾਈ ਆ ਤੇ ਇਹ ਮੈਨੂੰ ਆ ਕੇ ਦਬਾਉਂਦਾ ਤੇ ਮੈਂ ਕਾਕਾ ਉੱਥੇ ਕਿਉਂ ਜਾਵਾਂ ਮੈਂ ਤਾਂ ਉੱਥੇ-ਉੱਥੇ ਪਾਉਂਗਾ ਨਾ ਚਲੋ ਬਾਈ ਗੱਲ ਚੰਗੂਟ ਸੋ ਉਹਨਾਂ ਦਊਂਗਾ ਜਿਹੜੇ ਬੰਦੇ ਜਿਨ੍ਹਾਂ ਦੇ ਸਰ ਹੁਣ ਆਪਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਆ ਬੜੀ ਸਪਸ਼ਟ ਤੌਰ ਤੇ ਕਿ ਜਿਨ੍ਹਾਂ ਨੇ ਇਹ ਕਿਤਾਬਾਂ ਲਿਖੀਆਂ ਨੇ ਉਹ ਸਾਰੇ ਔਰ ਜਿਨ੍ਹਾਂ ਨੇ ਪਬਲਿਸ਼ ਕੀਤੀਆਂ ਨੇ ਉਹ ਔਰ ਜਿਨ੍ਹਾਂ ਨੇ ਪ੍ਰਵਾਨਗੀਆਂ ਦਿੱਤੀਆਂ ਨੇ ਸਮੇ ਸਮੇਂ ਦੇ ਸਮੀਖਿਆ ਕਮੇਟੀ ਕਾਦਮਿਕ ਕਮੇਟੀ ਚੇਅਰਮੈਨ ਤੇ ਸਿੱਖਿਆ ਮੰਤਰੀ ਤੱਕ ਸਾਰੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਹੋਣ ਔਰ ਇਹਨਾਂ ਕਿਤਾਬਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗੇ ਤੇ ਅੱਗੇ ਤੋਂ ਇਹ ਜਿਹੜਾ ਇਤਿਹਾਸ ਆ ਇਹਨੂੰ ਤਿਆਰ ਕਰਨ ਵਾਸਤੇ ਲਿਖਣ ਵਾਸਤੇ ਜਿਹੜਾ ਬੱਚਿਆਂ ਨੂੰ ਪੜਾਇਆ ਜਾਣਾ ਉਹਦੇ ਵਿੱਚ ਇਹਨੂੰ ਸੋਧ ਕੇ ਲਿਖਿਆ ਜਾਵੇ ਤੇ ਫੇਰ ਅਸੀਂ ਜਿਹੜਾ ਇਥੋਂ ਉਠਾਂਗੇ ਉਹਦੀ ਅਸੀਂ ਗਾਰੰਟੀ ਲਵਾਂਗੇ ਸੋ ਪਰਚੇ ਕਰਾ ਕੇ ਕਿਤਾਬ ਤੇ ਬੈਨ ਕਰਾ ਕੇ ਅੱਗੇ ਤੋਂ ਗਾਰੰਟੀ ਲੈ ਕੇ ਉਠਾਂਗੇ ਉਹਨਾਂ ਚਲੋ ਬੈਠੋ ਸੋਹੇ ਸੰ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਆਪਣੀ ਨਿਰਪੱਖ ਗੱਲ ਸਾਡੇ ਨਾਲ ਕਰੀ ਆ ਕੈਮਰਾਮੈਨ ਰঞ্জੀਤ ਸਿੰਘ ਰਾਣਾ ਦੇ ਨਾਲ ਮਨਦੀਪ ਸਿੰਘ ਪੁਆਇੰਟ ਨਿਊਜ਼ ਹੋਰ ਖਬਰਾਂ ਵੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ